ਮੋਹਾਲੀ ਦੇ ਸੈਕਟਰ 69 ਦੇ ਇੱਕ ਘਰ 'ਚ ਦੇਰ ਰਾਤ 4 ਜਣਿਆਂ ਦੇ ਮੌਤ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਚਾਰੋਂ ਜਣੇ ਪੇਸ਼ੇ ਵਜੋਂ ਵੇਟਰ ਸਨ, ਜੋ ਕਿ ਨਵੇਂ ਸਾਲ ਦੀ ਪਾਰਟੀ ਦਾ ਜਸ਼ਨ ਮਨਾਉਣ ਤੋਂ ਬਾਅਦ ਇੱਕੋ ਕਮਰੇ ਦੇ ਵਿੱਚ ਸੁੱਤੇ ਪਏ ਸਨ ਤਾਂ ਅੰਗੀਠੀ ਦੀ ਗੈਸ ਚੜ੍ਹਨ ਕਾਰਨ ਇਹਨਾਂ ਚਾਰਾਂ ਜਣਿਆਂ ਦੀ ਮੌਤ ਹੋ ਗਈ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮੁਝਕੋ ਇਹ ਬੋਲ ਕੇ ਗਏ ਕਿ ਮੈਂ ਪਾਰਟੀ ਮੇ ਜਾ ਰਹਾ ਹੂੰ, ਤੋ ਮੈਨੇ ਨਾ ਦੋ ਖਾਨੋ ਨਾ ਖਾਏ, ਮੈਂ ਡਿਊਟੀ ਚਲੀ ਗਈ। ਫਿਰ ਉਹ 6 ਵਜੇ ਮੈਂ ਫੋਨ ਕੀਆ, ਕਹਾਂ ਆਓ, ਕਹਿਣ ਮੈਂ ਪਾਰਟੀ ਮੇ ਹੂੰ, 12 ਵਜੇ ਆ ਜਾਊਂਗੀ। ਫਿਰ 12 ਵਜੇ ਫੋਨ ਨਹੀਂ ਉਠਾਇਆ, ਉਹ ਤਬ ਸੇ ਆਏ ਨਹੀਂ। ਸੁਬਹ ਨਹੀਂ ਆਏ, 11 ਵਜੇ ਫਿਰ ਜੋ ਬਈ ਆਇਆ ਤਾਂ ਖੜਾ ਤਾਂ ਉਹੀ ਫੋਨ ਕੀਆ ਕਿ ਤੁਹਾਰਾ ਆਦਮੀ ਐਡਮਿਟ ਹੈ। ਮੈਨੇ ਫਿਰ ਆਈ ਪੁੱਪਾ ਕੋ ਲਿਆ ਕੇ ਦੇਖੂ ਕਹਾਂ ਆਏ, ਤਾਂ ਫਿਰ ਆਏ ਕਹੇ ਪੁਲਿਸ ਚੌਕੀ ਚਲੋ। ਮੈਂ ਪੁਲਿਸ ਚੌਕੀ ਆਏ ਤਾਂ ਪੁਲਿਸ ਚੌਕੀ ਮੈਂ ਪਤਾ ਲੱਗ ਰਿਹਾ ਕਿ 4 ਆਦਮੀ ਮਿੱਤਰ ਹੋ ਗਏ। ਸਰ ਮੈਂ ਕੱਲ੍ਹ ਜੋਬ ਪੇ ਗਿਆ ਥਾ ਔਰ ਵਹਾਂ ਸੇ ਬਤਾਇਆ ਹੈ, ਸ਼ਾਮ ਕੋ ਆਇਆ ਹੂੰ ਘਰ ਮੇਂ, ਪਤਾ ਲਗਾ ਕਿ ਭਾਈ ਗਿਆ ਹੈ ਪਾਰਟੀ, ਤੋ ਮੈਨੇ ਸੋਚਾ ਉਹ ਜਾਤਾ ਥਾ ਕਭੀ ਕਭੀ ਜਬ ਛੁੱਟੀਆਂ ਹੋਤੀ ਥੀ ਸਕੂਲੋਂ ਕੀ, ਤੋ ਫਿਰ ਆ ਜਾਤਾ ਥਾ ਸੁਬਹੇ, ਫਿਰ ਮੈਂ ਡਿਊਟੀ ਚਲਾ ਗਿਆ, ਫਿਰ ਸੁਬਹੇ ਜਾ ਕੇ ਵਹਾਂ ਕਾਲ ਆਇਆ ਕਿ ਆਪਕਾ ਭਾਈ ਜ਼ਿਆਦਾ ਸੀਰੀਅਸ ਹੈ, 6 ਫੇਸ ਮੋਹਾਲੀ ਮੇਂ। ਫਿਰ ਵਹਾਂ ਸੇ ਯੇ ਲੋਗ ਮੇਰੇ ਕੋ ਕਾਰ ਸੇ ਲਿਵਾ ਕਰ ਲਾਏ ਹੈ ਇੱਕ ਲੋਗ ਔਰ ਯਹੀਂ ਸਿੱਧੇ ਥਾਣੇ ਮੇਂ ਵੀ ਦਿਖਾਇਆ ਵੀ ਨਹੀਂ। ਦੱਸ ਦਈਏ ਕਿ ਚਾਰੋਂ ਦੋਸਤ ਪ੍ਰਵਾਸੀ ਨੇ ਤੇ ਇਹ ਚਾਰੋਂ ਜਣੇ ਕਿਸੇ ਹੋਟਲ ਦੇ ਵਿੱਚ ਵੇਟਰ ਦਾ ਕੰਮ ਕਰਦੇ ਸਨ, ਜਿਨ੍ਹਾਂ ਦਾ ਕਿ ਅੰਗੀਠੀ ਦੀ ਗੈਸ ਚੜ੍ਹਨ ਕਾਰਨ ਦਮ ਘੁੱਟ ਗਿਆ ਤੇ ਨਵੇਂ ਸਾਲ ਦੀ ਪਾਰਟੀ ਦਾ ਜਸ਼ਨ ਮਨਾਉਣ ਤੋਂ ਬਾਅਦ ਇਹਨਾਂ ਦੀ ਮੌਤ ਹੋ ਗਈ। 11 ਵਜੇ ਤਕਰੀਬਨ 4 ਡੈੱਡ ਬੋਡੀਜ਼ ਆਈਆਂ ਨੇ, ਇਹ ਆਈਆਂ ਨੇ ਸੈਕਟਰ 69 ਚੋਂ, ਹਾਊਸ ਨੰਬਰ 2742 ਸੈਕਟਰ 69। ਇਹਨਾਂ ਨੂੰ ਅਜੇ ਕੁਮਾਰ ਜੀ ਲੈ ਕੇ ਆਏ ਨੇ ਜਿਹੜੇ ਘਰ ਦੇ ਮਾਲਕ ਨੇ ਉੱਥੋਂ ਦੇ। 4 ਬੋਡੀਆਂ ਨੇ ਜਿਨ੍ਹਾਂ ਵਿੱਚੋਂ ਦੋਵਾਂ ਦੇ ਤਾਂ ਆਪਾਂ ਨੂੰ ਨਾਂ ਪਤਾ ਨੇ, ਜਿਨ੍ਹਾਂ ਸ਼ਨਾਖਤ ਹੋਈ ਉਹਨਾਂ ਕੋਲ ਉਹਨਾਂ ਦੇ ਆਧਾਰ ਕਾਰਡ ਸੀ, ਇੱਕ ਦਾ ਨਾਂ ਦਵਾਰਕਾ ਵਾ, ਇੱਕ ਦਾ ਨਾਂ ਧਰਮ ਆ, ਬਾਕੀ 2 ਜਿਹੜੇ ਨਾਲ ਸੀ ਉਹਨਾਂ ਦੀ ਸ਼ਨਾਖਤ ਨਹੀਂ ਹੋ ਪਾਈ। ਅਜੇ ਕੁਮਾਰ ਜੀ ਦੇ ਹਿਸਾਬ ਨਾਲ ਜਿਹੜੀਆਂ ਬੋਡੀਆਂ ਨੇ ਉਹਨਾਂ ਦੇ ਘਰ ਕੱਲ੍ਹ ਕੋਈ ਨਿਊ ਈਅਰ ਦਾ ਪ੍ਰੋਗਰਾਮ ਸੀ, ਸ਼ਾਇਦ ਕੈਟਰਿੰਗ ਵਾਲਿਆਂ ਦੀਆਂ ਬੋਡੀਆਂ ਨੇ, ਨਿਊ ਈਅਰ ਦੇ ਪ੍ਰੋਗਰਾਮ ਤੋਂ ਬਾਅਦ ਉੱਥੇ ਹੀ ਉਹਨਾਂ ਦੇ ਘਰੇ ਸੁੱਤੇ। ਉਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ ਅੰਗੀਠੀ ਆਪਣੇ ਕਮਰੇ 'ਚ ਲਗਾ ਲਈ ਸੀ ਅਤੇ ਜਦੋਂ ਇਹਨਾਂ ਨੂੰ ਸਵੇਰੇ ਦੇਖਿਆ ਗਿਆ ਤਾਂ ਮ੍ਰਿਤਕ ਪਾਏ ਗਏ। ਚੰਡੀਗੜ੍ਹ ਤੋਂ ਦਿਨੇਸ਼ ਗੋਇਲ, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ 'ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।